ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਬਿਗ ਬ੍ਰੇਕਿੰਗ ਨਿਊਜ਼ ਦਾ ਅਸਮਾਨੀ ਬਿਜਲੀ ਨੇ ਪੰਜਾਬ ਦੇ ਵਿੱਚ ਇੱਥੇ ਦਿੱਤੀ ਨੌਜਵਾਨ ਨੂੰ ਏਦਾਂ ਮੌਤ ਦੇਖਣ ਵਾਲਿਆਂ ਦੀਆਂ ਕੰਬੀਆਂ ਰੂਹਾਂ ਇਲਾਕੇ ਚ ਪਿਆ ਮਾਤਮ ਵੀਡੀਓ ਨੂੰ ਅੰਤ ਤੱਕ ਦੇਖਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵਾਦ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡੇ ਫੋਨ ਦੀ ਡਿਸਪਲੇ ਦੇ ਉੱਪਰ ਜਿਸ ਨੌਜਵਾਨ ਦੀ ਫੋਟੋ ਦਿਖਾਈ ਦੇ ਰਹੀ ਆ ਸਾਡਾ ਵੱਡਾ ਵੀਰ ਜਿਸ ਦੇ ਨਾਲ ਕੁਦਰਤ ਨੇ ਕਹਿਰ ਵਾਪਰਿਆ ਕੁਦਰਤ ਨੇ ਭਾਣਾ ਵਰਤਾ ਦਿੱਤਾ ਏ ਸੋ ਖਬਰ ਕੀ ਆ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂ ਜੀ ਵੱਡੀ ਖਬਰ ਸਾਹਮਣੇ ਆ ਰਹੀ ਆ ਦਰਅਸਲ ਇਸ ਖਬਰ ਦੇ ਨਾਲ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਏ ਕਾਦੀਆਂ ਦੇ ਨਜ਼ਦੀਕ ਪਿੰਡ ਤੋਂ ਸਾਹਮਣੇ ਆਈ ਜਿੱਤੇ ਤੇਜ਼ ਹਵਾਵਾਂ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਨੌਜਵਾਨ ਦੀ ਪਛਾਣ ਰੂਬਲ ਪ੍ਰੀਤ ਸਿੰਘ ਪੁੱਤਰ ਸੁਖਵੰਤ ਸਿੰਘ ਉਮਰ 22 ਸਾਲ ਪਿੰਡ ਲੀਲਕਲਾ ਤੋਂ ਹੋਈ ਆ ਜਿਸ ਦੀ ਫੋਟੋ ਤੁਸੀਂ ਆਪਣੇ ਫੋਨ ਦੇ ਡਿਸਪਲੇ ਤੇ ਦੇਖ ਰਹੇ ਹੋ ਇਹ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੂਬਲ ਪ੍ਰੀਤ ਸਿੰਘ ਡੱਲੇ ਮੋੜ ਦੇ ਉੱਪਰ ਆਪਣੀ ਦੁਕਾਨ ਤੇ ਮੋਟਰ ਬੰਨਣ ਦਾ ਕੰਮ ਕਰਦਾ ਸੀ ਉਹ ਕਰ ਦੇ ਨਜ਼ਦੀਕ ਖੇਤਾਂ ਦੇ ਵਿੱਚ ਖੜਾ ਸੀ ਤਾਂ ਸਮਾਨ ਦੇ ਵਿੱਚ ਤੇਜ਼ ਬਿਜਲੀ ਗੜਕੀ ਤਾਂ ਅਚਾਨਕ ਅਸਮਾਨੀ ਬਿਜਲੀ ਉਸ ਤੇ ਡਿੱਗ ਪਈ ਬਿਜਲੀ ਡਿੱਗਣ ਕਾਰਨ ਉਹ ਬੇਹੋਸ਼ ਹੋ ਗਿਆ ਜਿਸ ਨੂੰ ਕਾਦੀਆਂ ਦੇ ਹਸਪਤਾਲ ਵਿੱਚ ਲਜਾਇਆ ਗਿਆ ਸੋ ਜਿੱਥੇ ਉਸ ਦੀ ਸਿਹਤ ਜਿਆਦਾ ਖਰਾਬ ਹੋਣ ਕਾਰਨ ਡਾਕਟਰਾਂ ਵੱਲੋਂ ਉਸ ਨੂੰ ਬਟਾਲਾ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਦੇ ਵਿੱਚ ਜਾਂਦੇ ਹੋਏ ਉਸ ਦੀ ਮੌਤ ਹੋ ਗਈ ਦੱਸਦੀ ਹੈ ਕੁਦਰਤ ਦੇ ਕਹਿਰ ਕਾਰਨ ਇਸ ਨੌਜਵਾਨ ਦੀ ਮੌਤ ਹੋ ਜਾਣ ਦੇ ਨਾਲ ਹੀ ਇਲਾਕੇ ਦੇ ਵਿੱਚ ਸੋਗ ਦਾ ਤੇ ਸਹਿਮ ਦਾ ਮਾਹੌਲ ਹੈ ਹਰ ਪਾਸੇ ਸੋਗ ਦੀ ਲਹਿਰ ਹੈ ਮਰਤਿਕ ਨੌਜਵਾਨ ਦਾ ਭਰਾ ਦੇਸ਼ ਦੀ ਸੇਵਾ ਦੇ ਲਈ ਫੌਜ ਦੇ ਵਿੱਚ ਸੇਵਾਵਾਂ ਨਿਭਾਰਿਆ ਸੋ ਕੱਲਾ ਇਹ ਮਾਪਿਆਂ ਦਾ ਪੁੱਤਰ ਸੀ ਦੂਸਰਾ ਪਾਰ ਆ ਦੇਸ਼ ਦੀ ਸੇਵਾ ਨਿਭਾਰਿਆ ਤੇ ਇਸ ਨੇ ਕੁਦਰਤ ਦੀ ਜਿਹੜੀ ਮਾਰ ਇਸ ਤੇ ਪੈ ਗਈ ਆ